मैं इन्नी क गल करनी चाहना भी मेरे हिसाब ना आप किन्ने बंदे 195 बंदे अज जुड़े हैं 195 बंदे दे विचों किसी ने वीर मक्कड़ नूं इस गल दे बारे जिहड़ा कामरेडा ने अंदर टेबल 55 लाख रुपये की भी गलबात उद्दी कीती एक जिम्मेवार बंदा तुहाडे सारिआं सामने गलबात करन दिआ हुण जे किसी ने गलबात करनी कर लो। दूजी मक्कड़ साहब मेरा एक थोड़ा जिहा सवाल वा तुहानूं कि अज तों 5 महीने पहला होई अजीत डोवाल नाल मीटिंग राजेवाल डल्लेवाल अजीत डोवाल सिर्फ फाइनलाइज करने लई गल आउंदा सो इहदे बारे कोई है जानकारी तुसीं जे बड़े सीनियर पत्रकार है दीपक चिनारथल विजन पंजाब टीवी ते रिपोर्टिंग करदे और संघर्ष नूं बड़ा नेड़े देखिया जी उहनां दा पिछले हफ्ते दा तुसीं शो देखो उहनां दा उन्होंने आपके शो च गल बोली सी कि लगभग 15 दिन का समा होर रह गया संघर्ष नेड़े लग्या पिया तां मेरी उन्हां नाल बड़ी चर्चा हुई भी तुसी ए एड़ी वड्डी गल एक सीनियर और सियाणा जर्नलिस्ट किवें कह सकदा है। उन्होंने कहा कि तुहानू भी पता है चीजा किवें मूव होईयां ने पिछले 4 महीनों तो सानू पता है कि किस कदर सरकार इन्हां दे नाल ऑफ द रिकॉर्ड मीटिंगा कर रही ऑफ द रिकॉर्ड मीटिंगा सारिआं नाल होईयां ने। अजीत डोवाल आली मीटिंग की जिथों तक गल है मैं ਉਹਦੇ ਤੇ ਮੇਰੇ ਕੋਲੇ ਉਸਦੀ ਪੁਸ਼ਟੀ ਨਹੀਂ ਹੈਗੀ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਸਿਰਫ ਅਜੀਤ ਡੋਵਾਲ ਇੱਥੋਂ ਤੱਕ ਕਿ ਮੈਂ ਹੁਣ ਤੁਹਾਨੂੰ ਕੀ ਦੱਸਾਂ ਇੱਕ ਰਾਤ ਇੱਕ ਲੀਡਰ ਦੇ ਨਾਲ ਗੱਲਬਾਤ ਕਰਨ ਵਾਸਤੇ ਅਮਿਤ ਸ਼ਾਹ ਨੇ ਟੀਮ ਭੇਜੀ ਉਹ ਫੋਨ ਤੇ ਗੱਲ ਕਰ ਰਹੇ ਸੀ ਅੱਗੋਂ ਬੰਦਾ ਉਹ ਜਿਹੜਾ ਸੋਬਰ ਸਟੇਟ ਚ ਨਹੀਂ ਸੀਗਾ ਹੁਣ ਤੁਸੀਂ ਸਮਝ ਸਕਦੇ ਹੋ ਬਾਈ ਔਰ ਉਹਨੇ ਉਹਨੂੰ ਇੱਥੋਂ ਤੱਕ ਕਿਹਾ ਕਿ ਹਾਂਜੀ ਮਹਾਰਾਜ ਹੁਕਮ ਕਰੋ ਕੀ ਕਰਨਾ ਹੈ ਔਰ ਉਹ ਰਿਕਾਰਡਿੰਗ ਤੱਕ ਇੱਕ ਟਾਪ ਮੋਸਟ ਅਫੀਸ਼ੀਅਲ ਨੇ ਸਾਨੂੰ ਸੁਣਾਈ ਕਿ ਆਹ ਦੇਖੋ ਤੁਹਾਡੇ ਲੀਡਰ ਤਾਂ ਆਹ ਗੱਲਾਂ ਬੋਲ ਰਹੇ ਹੈ ਕਿ ਇਸ ਤਰੀਕੇ ਨਾਲ ਉਹ ਗੱਲ ਕਰਦੇ ਕਿ ਹਾਂਜੀ ਮਹਾਰਾਜ ਦੱਸੋ ਕੀ ਹੁਕਮ ਹੈ ਔਰ ਜਦੋਂ ਸੁਰਜੀਤ ਜੈਨੀ ਨੇ ਵੀ ਇੱਕ ਇੰਟਰਵਿਊ ਚ ਮੇਰੇ ਖਿਆਲ ਬਿਆਨ ਦਿੱਤਾ ਸੀਗਾ ਵੀ ਜੇ ਮੈਂ ਰਿਕਾਰਡਿੰਗ ਸੁਣਾਤੀ ਨਾ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਣੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋਈਆਂ ਨੇ ਲੇਕਿਨ ਸਾਡੀ ਮਜਬੂਰੀ ਕੀ ਬਣੀ ਹੈ ਕਿ ਅਸੀਂ ਲੈ ਆ ਬਾਈ ਔਰ ਹੁਣ ਮੈਨੂੰ ਲੱਗਦਾ ਹੈ ਕਿ ਭਾਵੇਂ ਲੋਕ ਚੰਗਾ ਕਹਿਣ ਮਾੜਾ ਕਹਿਣ ਪਰ ਨੈਤਿਕ ਤੌਰ ਤੇ ਮੈਨੂੰ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਸਾਨੂੰ ਰਾਈਟ ਮੂਮੈਂਟ ਤੇ ਸਵਾਲ ਜ਼ਰੂਰ ਕਰਨੇ ਚਾਹੀਦੇ ਸੀ ਜੋ ਨਹੀਂ ਹੋਏ ਬਹੁਤ ਵਾਰੀ ਨਹੀਂ ਹੋਏ ਸਵਾਲ ਔਰ ਅੱਜ ਇਸ ਕਰਕੇ ਅਸੀਂ ਇਸ ਪੋਜੀਸ਼ਨ ਤੇ ਖੜੇ ਹਾਂ ਕਿ ਅਸੀਂ ਐਕਚੁਅਲੀ ਉਹਨਾਂ ਨੂੰ ਸਾਡਾ ਇਮੋਸ਼ਨ ਜਿਹੜਾ ਸੀ ਉਹ ਸਾਡੇ ਪ੍ਰੋਫੈਸ਼ਨ ਤੇ ਓਵਰਪਾਰ ਕੀਤਾ ਕਿ ਆਪਣਾ ਮੋਰਚਾ ਖਰਾਬ ਨਾ ਹੋ ਜੇ ਔਰ ਇੱਕ ਇਹ ਬੜਾ ਵੱਡਾ ਫੈਕਟਰ ਹੈ ਮੈਂ ਅੱਜ ਇਹ ਐਡਮਿਟ ਕਰਦਾ ਹਾਂ ਗੱਲ ਕਿ ਜਿੱਧਰ ਨੂੰ ਪਬਲਿਕ ਨੈਰੇਟਿਵ ਹੁੰਦਾ ਹੈ ਪੱਤਰਕਾਰੀ ਵੀ ਉਧਰ ਨੂੰ ਹੋਣ ਲੱਗ ਗਈ ਕਿ ਯਾਰ ਬੱਬੂ ਮਾਨ ਬੜਾ ਸਟਰੋਂਗ ਹੈ ਫਲਾਨਾ ਬੜਾ ਸਟਰੋਂਗ ਹੈ ਇੱਧਰ ਨੂੰ ਹਾਂਜੀ ਬੱਬੂ ਮਾਨ ਤੇ ਗੱਲ ਸੀਗੀ ਮੈਂ ਕਿਹਾ ਬੱਬੂ ਮਾਨ ਦੇ ਮਤਲਬ ਮੈਂ ਮਿਸਾਲ ਦੇ ਰਿਹਾ ਮੈਂ ਸਿਰਫ ਮੈਂ ਓਵਰਆਲ ਗੱਲ ਕਰ ਰਿਹਾ ਕੋਈ ਇੱਕ ਅੱਧੇ ਇੰਸੀਡੈਂਟ ਦੀ ਗੱਲ ਨਹੀਂ ਕਰ ਰਿਹਾ ਪਰ ਇੱਕ ਰੱਖ ਹੈ ਬਾਈ ਜੀ ਇਸ ਪੂਰੇ ਅੰਦੋਲਨ ਦੇ ਦੌਰਾਨ ਪਬਲਿਕ ਨੈਰੇਟਿਵ ਦੇ ਪ੍ਰੋ ਪੱਤਰਕਾਰੀ ਵੱਧ ਹੋਈ ਹੈ ਜੇ ਅੱਜ ਵੀ ਤੁਸੀਂ ਦੇਖੋ ਜੇ ਕੱਲ ਵੀ ਅਸੀਂ ਸਵਾਲ ਕੀਤੇ ਹੈ ਤਾਂ ਇੱਕ ਬੜਾ ਵੱਡਾ ਨੈਰੇਟਿਵ ਚੱਲ ਪਿਆ ਵੀ ਇਹ ਦਰਅਸਲ ਗੋਦੀ ਮੀਡੀਆ ਤੋਂ ਘੱਟ ਨਹੀਂ ਹੈਗੇ ਇਹ IT ਸੈੱਲਾਂ ਦੇ ਹਿਸਾਬ ਤੇ ਚੱਲਦੇ ਨੇ ਉਹ ਲੋਕ ਨੇ ਜਿਹੜੇ ਸੰਘਰਸ਼ ਨੂੰ ਖਰਾਬ ਕਰਨ ਆਏ ਆ ਜਾਂ ਲਾਸਟ ਗੱਲ ਇਹ ਹੁੰਦੀ ਹੈ ਵੀ ਇਹ ਦੀਪ ਹਰਕਿਆਂ ਦੇ ਨਾਲ ਜੋੜ ਦਿਓ ਵੀ ਦੀਪ ਦੇ ਬੰਦੇ ਨੇ ਜੀ ਇਹ ਤਾਂ ਖਰਾਬ ਕਰਨੇ ਆ ਇਹ ਫਲਾਨੇ ਨੇ ਜੀ ਇਹ ਤਾਂ ਪੰਥਕ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਮੈਕਸੀਮਮ ਜਰਨਲਿਸਟ ਅੱਜ ਆਪਦੀ ਇਮੇਜ ਨੂੰ ਬਚਾਉਣ ਖਾਤਰ ਵੀ ਯਾਰ ਮੈਂ ਕੀ ਲੈਣਾ ਮੈਂ ਆਪਦੇ ਵਿਊ ਜਾਂ ਆਪਦਾ ਸਿਸਟਮ ਦੇਖਣਾ ਉਹ ਸਵਾਲ ਕਰਨ ਦੀ ਡੇਅਰ ਨਹੀਂ ਕਰ ਰਿਹਾ ਤੁਹਾਡੀ ਬੱਬੂ ਮਾਨ ਵਰਗਿਆਂ ਤੱਕ ਪਹੁੰਚ ਤਾਂ ਬੜੇ ਆਰਾਮ ਨਾਲ ਹੋਊਗੀ ਉਹਨਾਂ ਨੂੰ ਇੱਕ ਸਵਾਲ ਕਰ ਸਕਦੇ ਹੋ ਕਿ ਭਾਜੀ ਤੁਸੀਂ ਕਦੋਂ ਤੱਕ ਸ਼ਰਧਾਂਜਲੀ ਦੇ ਬਿਆਨ ਦਊਗੇ ਕਦੀ ਲੀਡਰਾਂ ਨੂੰ ਵੀ ਸਵਾਲ ਕਰ ਲਓ ਨਹੀਂ ਦੇਖੋ ਤੁਸੀਂ ਲੀਡਰਾਂ ਨੂੰ ਸਵਾਲ ਤੁਹਾਨੂੰ ਲੀਡਰਾਂ ਨੂੰ ਸਵਾਲ ਕਰਨ ਦੀ ਸਪੇਸ ਨਹੀਂ ਦਿੱਤੀ ਗਈ 4-5 ਦਿਨਾਂ ਤੋਂ ਮੇਰੀ ਸੋਚ ਇਹਨਾਂ ਦੇ ਪ੍ਰਤੀ ਬੜੀ ਤਬਦੀਲੀ ਆਈ ਔਰ ਮੈਂ ਕੁਛ ਇੱਕ ਇਹਨਾਂ ਦੇ ਇੰਟਰਨਲ ਡਿਸੀਜਨਸ ਨੂੰ ਲੈ ਕੇ ਬੜਾ ਹੈਰਾਨ ਹੋਇਆ ਖਾਸ ਤੌਰ ਤੇ ਲਖੀਮਪੁਰ ਜਦੋਂ ਮੈਂ ਗਿਆ ਬਾਈ ਜੀ ਉੱਥੇ ਸਾਰਾ ਜੋ ਕੁਛ ਮੈਂ ਅੰਦਰੋਂ ਦੇਖਿਆ ਚੀਜ਼ਾਂ ਜਿਸ ਤਰੀਕੇ ਦੇ ਨਾਲ ਵਾਪਰੀਆਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਇੰਟਰਨਲੀ ਭੂਮਿਕਾ ਰਹੀ ਹੈ ਜੋ ਐਜ਼ ਅ ਜਰਨਲਿਸਟ ਮੈਂ ਅਬਜ਼ਰਵ ਕੀਤੀ ਮੈਂ ਬਹੁਤ ਡਿਸਅਪੁਆਇੰਟ ਹੋਇਆ ਔਰ ਇਹ ਜਿਹਨੂੰ ਕਹਿ ਲਓ ਨਾ ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਸਿਰਫ ਸੂਟ ਕੀਤੀ ਇਹਨਾਂ ਦੀ ਆਈਡੀਓਲੋਜੀ ਨੂੰ ਔਰ ਇਹਨਾਂ ਦਾ ਮੈਂ ਜੋ ਤੁਸੀਂ ਆਪਾਂ ਅਕਸਰ ਗੱਲ ਕਰ ਰਹੇ ਕਿ ਇਹਨਾਂ ਦਾ ਵੱਡਾ ਮੋਟਿਵ ਪੋਲੀਟੀਕਲ ਮੋਟਿਵ ਹੈ ਉਸ ਪੋਲੀਟੀਕਲ ਮੋਟਿਵ ਵੱਲ ਹੀ ਵਧਣਾ ਚਾਹੁੰਦੇ ਹੈ ਇਹ ਅੰਦੋਲਨ ਦੇ ਹੱਲ ਵੱਲ ਨਹੀਂ ਜਾਣਾ ਚਾਹੁੰਦੇ ਮੇਰੀ ਆਬਜ਼ਰਵੇਸ਼ਨ ਹੈ ਔਰ ਇਹ ਵਾਇਲੈਂਸ ਚਾਹੁੰਦੇ ਆ ਜੋ ਮੈਂ ਇੱਥੋਂ ਇਹ ਕੱਢ ਕੇ ਆਇਆ ਕਿ ਐਟ ਦ ਐਂਡ ਇਹ ਚਾਹੁੰਦੇ ਆ ਕਿ ਕਿਸੇ ਤਰੀਕੇ ਦੀ ਵਾਇਲੈਂਸ ਹੋਵੇ
ਤਾਂ ਇਹ ਇਹ ਦੋ ਤਿੰਨ ਚੀਜ਼ਾਂ ਦਾ ਨਿਚੋੜ ਮੈਂ ਕੱਢਿਆ ਜੋ ਜੋ ਸਾਰਾ ਸਿੱਟਾ ਇਸ ਗੱਲ ਦੇ ਵਿੱਚੋਂ ਨਿਕਲਦਾ। ਇੱਕ ਜਦੋਂ ਮੈਂ ਇਹ ਸਵਾਲ ਕੀਤਾ ਕਿ ਯੂਪੀ ਦੇ ਵਿੱਚ ਵੱਡਾ ਮੋਰਚਾ ਕਿਉਂ ਨਹੀਂ ਲੱਗਿਆ, ਕਰਨਾਲ 'ਚ ਜੇ ਲਾ ਸਕਦੇ ਹੋ, ਤਾਂ ਕਾਮਰੇਡ ਆਗੂਆਂ ਦਾ ਜਵਾਬ ਸੀਗਾ ਕਿ ਯੂਪੀ 'ਚ ਸਾਡੇ ਕੋਲ ਓਨੀ ਸਟਰੈਂਥ ਨਹੀਂ ਹੈਗੀ, ਉਸ ਪੱਧਰ ਤੇ ਸਾਡੇ ਕੋਲੇ ਵਸੀਲੇ ਨਹੀਂ ਸੀ ਜੋ ਕਰਨਾਲ 'ਚ ਸੀਗੇ। ਤੇ ਫਿਰ ਮੈਂ ਇਹ ਗੱਲ ਕਹੀ ਕਿ ਤੁਸੀਂ ਫਿਰ ਉੱਥੇ ਕਾਲ ਕਿਉਂ ਦਿੰਦੇ ਹੋ, ਤੁਸੀਂ ਇਹ ਐਡਮਿਟ ਕਰਕੇ ਤੁਸੀਂ ਆਪਦੇ ਜਿਹੜੇ ਯੂਪੀ 'ਚ ਬੈਠੇ ਜਾਂ ਜਿਹੜੀਆਂ ਥਾਵਾਂ ਤੇ ਬੰਦੇ ਬੈਠੇ ਆ ਜਿੱਥੇ ਤੁਸੀਂ ਫਿਜ਼ੀਕਲੀ ਔਰ ਸਟਰੈਂਥ ਵਾਈਜ਼ ਪੰਗਾ ਨਹੀਂ ਲੈ ਸਕਦੇ, ਤੁਸੀਂ ਉੱਥੇ ਕਹੋ ਵੀ ਭਾਈ ਕੱਲਾ ਪੰਜਾਬ ਤੇ ਹਰਿਆਣੇ ਦੇ ਵਿੱਚ ਅਸੀਂ ਸਟਰੋਂਗ ਆ ਔਰ ਸਾਡੇ ਕੋਲੇ ਨੰਬਰ ਵੀ ਹੈਗਾ, ਫਿਜ਼ੀਕਲ ਸਟਰੈਂਥ ਵੀ ਹੈ, ਇਸ ਕਰਕੇ ਇੱਥੇ ਘੇਰ ਲਓ, ਪੰਗੇ ਲੈ ਲਓ, ਵੈਸਟਰਨ ਯੂਪੀ 'ਚ ਵੀ ਲੈ ਲਓ, ਉਦੋਂ ਬਾਹਰ ਨਾ ਪੰਗਾ ਲਓ, ਉੱਥੇ ਸਾਡੇ ਕੋਲੇ ਕੋਈ ਵਸੀਲੇ ਨਹੀਂ ਹੈਗੇ। ਇਹ ਕਹਿੰਦੇ ਜੀ ਅਸੀਂ ਇਹ ਐਡਮਿਟ ਕਿਵੇਂ ਕਰ ਜਾਈਏ ਵੀ ਪੰਜਾਬ ਤੇ ਹਰਿਆਣੇ ਤੋਂ ਬਾਹਰ ਮੋਰਚਾ ਹੈ ਹੀ ਨਹੀਂ, ਉੱਥੇ ਕਮਜ਼ੋਰ ਹੈ। ਤਾਂ ਇਹ ਡਬਲ ਸਟੈਂਡਰਡ ਹੈ, ਇੱਕ ਪਾਸੇ ਤੁਸੀਂ ਮਜ਼ਦੂਰ ਤੇ ਗਰੀਬ ਦੀ ਗੱਲ ਕਰ ਰਹੇ ਹੋ, ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਜੇ ਉਹ ਪੰਜਾਬ ਤੋਂ ਬਾਹਰ ਇਮੋਸ਼ਨਲ ਹੋ ਕੇ, ਹਰਿਆਣੇ ਤੋਂ ਬਾਹਰ ਇਮੋਸ਼ਨਲ ਹੋ ਕੇ, ਵੈਸਟਰਨ ਯੂਪੀ ਤੋਂ ਬਾਹਰ ਇਮੋਸ਼ਨਲ ਹੋ ਕੇ ਪੰਗਾ ਲੈਣਗੇ ਤੇ ਉਹ ਮਾਰੇ ਜਾ ਸਕਦੇ, ਉਹਨਾਂ ਦਾ ਰਿਪਰੈਸ਼ਨ ਹੋ ਸਕਦਾ। ਇਹ ਉਸ ਗੱਲ ਨੂੰ ਤਿਆਰ ਨੇ ਕਿ ਠੀਕ ਹੈ ਬੰਦੇ ਮਰਦੇ ਆ ਮਰ ਜਾਣ ਪਰ ਉੱਥੇ ਕਰੀ ਜਾਓ। ਤਾਂ ਇਹ ਤਾਂ ਬਹੁਤ ਵੱਡਾ ਡਬਲ ਸਟੈਂਡਰਡ ਹੈ ਬਾਈ, ਕਿ ਤੁਸੀਂ ਮਤਲਬ ਤੁਹਾਨੂੰ 4 ਮੌਤਾਂ 5 ਮੌਤਾਂ ਸਾਡੀਆਂ ਜਿਹੜੀਆਂ ਹੁੰਦੀਆਂ ਉਹਦਾ ਕੋਈ ਦੁੱਖ ਹੀ ਨਹੀਂ ਹੈ, ਤੁਹਾਨੂੰ ਲੱਗਦਾ ਕਿ ਕੋਈ ਨੀ ਸੰਘਰਸ਼ ਜਾਨਾਂ ਲੈਂਦਾ ਹੁੰਦਾ ਤੇ ਜਿੱਥੇ 600 ਹੋਈਆਂ ਉੱਥੇ 5 ਇਹ ਹੋ ਜਾਂਦੀਆਂ। ਤਾਂ ਇਸ ਤਰ੍ਹਾਂ ਦੀ ਅਪਰੋਚ ਦੇ ਨਾਲ ਇਹ ਚੱਲ ਰਹੇ ਆ। ਮੈਂ ਅੱਜ ਤੁਹਾਡਾ ਇਹ ਜੁਆਇਨ ਕਰਨਾ ਔਰ ਹਰਪ੍ਰੀਤ ਬਾਈ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਇਸ ਤਰ੍ਹਾਂ ਹੁੰਦੇ ਹੋ, ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਅੱਜ ਕੁਦਰਤੀ ਅੱਜ ਅਸੀਂ ਇਕੱਠੇ ਆ ਹੋਏ ਤਾਂ ਮੁੱਦਾ ਵੀ ਉਹੀ ਹੋ ਗਿਆ ਜਿਸ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਸੀਗਾ। ਬਹੁਤ ਸਾਰੀਆਂ ਹੋਰ ਆਬਜ਼ਰਵੇਸ਼ਨ ਹੈ ਔਰ ਮੈਂ ਕੱਲ ਕੁਛ ਇੱਕ ਆਪਣੇ ਪੇਜਸ ਤੇ ਵੀ ਲਿਖੀਆਂ ਇਹ ਚੀਜ਼ਾਂ, ਜਿਵੇਂ ਮੈਨੂੰ ਇਹ ਲੱਗਿਆ ਕਿ ਘਰ 'ਚ ਜੇ ਮੌਤ ਹੋਈ ਹੋਵੇ ਬਘੇਲ ਬਾਈ ਤੁਸੀਂ ਦੱਸ ਦਿਓ, ਸਾਡਾ ਕੋਈ ਦੂਰ ਦਾ ਦੋਸਤ ਵੀ ਮਰਿਆ ਹੋਵੇ ਤਾਂ ਸਾਡਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ। ਉਧਰ ਲਵਪ੍ਰੀਤ 19 ਸਾਲ 16-17 ਸਾਲ ਦਾ ਉਹਦਾ ਸਿਵਾ ਠੰਡਾ ਨਹੀਂ ਹੋਇਆ, ਤੁਸੀਂ ਕਾਲਿਆਂਵਾਲੀ ਦੇ ਵਿੱਚ ਮਹਾਂ ਪੰਚਾਇਤ ਕਰ ਰਹੇ ਹੋ, ਯੋਗਿੰਦਰ ਯਾਦਵ ਉਸ ਮਹਾਂ ਪੰਚਾਇਤ ਨੂੰ ਲੀਡ ਕਰਕੇ ਤੇ ਕਾਮਰੇਡ ਕੁਲਵੰਤ ਸਿੰਘ ਹੁਣੇ ਉਹਦੇ 'ਚ ਬੈਠਦੇ ਆ, ਤਾਂ ਕਿਉਂ? ਮੇਰਾ ਇਹ ਸਵਾਲ ਸੀ ਕਿਉਂ ਤੁਹਾਨੂੰ ਮਹਾਂ ਪੰਚਾਇਤਾਂ ਤੋਂ ਕੀ ਮਿਲ ਰਿਹਾ? ਹੁਣ ਤੱਕ ਤੁਸੀਂ ਜਗਰਾਉਂ 'ਚ ਪਹਿਲੀ ਮਹਾਂ ਪੰਚਾਇਤ ਕਰਦੇ ਹੋ 26 ਜਨਵਰੀ ਤੋਂ ਬਾਅਦ, ਤੁਸੀਂ ਦੀਪ ਦੇ ਖਿਲਾਫ਼ ਬੋਲਦੇ ਹੋ, ਤੁਸੀਂ ਪੰਥਕ ਬੰਦਿਆਂ ਦੇ ਖਿਲਾਫ਼ ਬੋਲਦੇ ਹੋ, ਸਾਰਿਆਂ ਦੇ ਖਿਲਾਫ਼ ਬੋਲਦੇ ਹੋ, ਟਿਲ ਨਾਓ ਹੁਣ ਤੱਕ ਜਦੋਂ ਤੱਕ ਅਸੀਂ ਪਹੁੰਚ ਗਏ ਅਸੀਂ ਸੈਂਕੜੀਆਂ ਮਹਾਂ ਪੰਚਾਇਤਾਂ ਕਰ ਲਈਆਂ, ਮੈਨੂੰ ਉਹਦਾ ਪੋਜ਼ਿਟਿਵ ਸਿੱਟਾ ਦੱਸੋ ਕਿ ਤੁਸੀਂ ਚੈਨਲਾਈਜ਼ ਕਰਕੇ ਸਿੰਘੂ ਤੇ ਟਿੱਕਰੀ ਤੇ ਸਟਰੈਂਥ ਵਧਾ ਸਕੇ ਮਹਾਂ ਪੰਚਾਇਤਾਂ ਨਾਲ ਨਹੀਂ ਵਧਾ ਸਕੇ? ਕਿ ਤੁਸੀਂ ਸਰਕਾਰ ਤੇ ਪ੍ਰੈਸ਼ਰ ਪਾ ਸਕੇ? 22 ਤਰੀਕ ਨੂੰ ਆਖਰੀ ਗੱਲ ਹੁੰਦੀ ਹੈ ਤੁਹਾਡੀ, ਯੂਪੀ ਸਰਕਾਰ ਨੇ ਜਾਣ ਦਿੱਤਾ, ਬਾਕੀਆਂ ਨੂੰ ਰੋਕ ਲਿਆ ਤੇ ਜਾਂਦੇ ਸਾਰ ਹੀ ਸਮਝੌਤਾ ਹੋ ਜਾਂਦਾ ਤੇ ਇੱਕ ਸਰਕਾਰ ਲਈ। ਹੈਲੋ, ਆਵਾਜ਼ ਆ ਰਹੀ ਹੈ ਬਾਈ ਜੀ? ਹਾਂਜੀ ਵੀਰੇ ਆ ਰਹੀ ਹੈ। ਹਾਂ ਬਾਈ ਜੀ, ਕੀ ਹੁੰਦਾ ਕਿ ਜੋ ਇਹ ਪੱਖ ਦੇ ਰਹੇ ਨੇ ਔਰ ਜੋ ਮੇਰੀ ਆਬਜ਼ਰਵੇਸ਼ਨ ਹੈ, ਮੈਂ ਦੋਵੇਂ ਗੱਲਾਂ ਰੱਖਣ ਦੀ ਕੋਸ਼ਿਸ਼ ਕਰੂੰਗਾ। ਇਹਨਾਂ ਦਾ ਇਹ ਕਹਿਣਾ ਕਿ ਜਦੋਂ ਟਕੈਤ ਨਿਕਲ ਗਿਆ ਉਦੋਂ ਤੱਕ ਹਾਲੇ ਕੋਈ ਗੱਲਬਾਤ ਨਹੀਂ ਸੀਗੀ, ਟਕੈਤ ਬਹੁਤ ਅਰਲੀ ਗਾਜ਼ੀਪੁਰ ਤੋਂ ਉੱਥੋਂ ਲਈ ਨਿਕਲਦਾ, ਉਦੋਂ ਤੱਕ ਬੈਰੀਗੇਟਿੰਗ ਨਹੀਂ ਹੋਈ ਸੀ ਤੇ ਟਕੈਤ ਉੱਥੇ ਪਹੁੰਚ ਜਾਂਦਾ, ਜਦਕਿ ਬਾਕੀ ਜਿਹੜੇ ਆ ਉੱਥੇ ਨਹੀਂ ਪਹੁੰਚਦੇ। ਹੁਣ ਅਸਲ ਗੱਲ ਤੁਹਾਨੂੰ ਦੱਸਦਾ, ਦਰਅਸਲ ABP ਸਾਂਝਾ ਨੇ, ABP ਗਰੁੱਪ ਨੇ ਇੱਕ ਮਹਾਂ ਪੰਚਾਇਤ ਆਪਣਾ ਮਹਾਂ ਸੰਮੇਲਨ ਪੰਜਾਬ ਨੂੰ ਲੈ ਕੇ ਰੱਖਿਆ ਸੀ, ਜਿਹਦੇ ਚ ਰਾਜੇਵਾਲ, ਸੁਖਬੀਰ ਬਾਦਲ ਤੇ ਬਾਕੀ ਪੰਜਾਬ ਦੇ ਪੋਲੀਟੀਕਲ ਲੋਕ, ਇਹਨਾਂ ਨੇ ਆਪਦੀ ਸ਼ਮੂਲੀਅਤ ਦੀ ਪ੍ਰਵਾਨਗੀ ਉੱਥੇ ਯੈਸ ਕੀਤੀ ਹੋਈ ਸੀ। ਹੁਣ ਤੁਸੀਂ, ਤੁਹਾਡੇ ਲਈ ਇੱਕ ਸਵਾਲ ਮੈਂ ਆਪਣੇ ਲਈ ਕਰਨਾ ਚਾਹੁੰਦਾ, ਆਪਣੀ ਜ਼ਮੀਰ ਦੀ ਤਸੱਲੀ ਲਈ, ਆਪਣੀ ਆਤਮਾ ਦੀ ਤਸੱਲੀ ਲਈ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਜੀ। ਅਸੀਂ ਜਿਹੜੇ ਸਟੈਂਡ ਤੇ ਪਹਿਲੇ ਦਿਨੋਂ ਖੜੇ ਸੀ, ਅੱਜ ਵੀ ਉਸੇ ਸਟੈਂਡ ਤੇ ਖੜੇ, ਤੁਹਾਨੂੰ ਕੀ ਲੱਗਦਾ ਵੀ ਅਸੀਂ ਆਪਣੇ ਸਟੈਂਡ ਤੇ ਸਹੀ ਖੜੇ ਰਹੇ ਆ ਜਾਂ ਗਲਤ ਰਹੇ ਆ? ਦੇਖੋ, ਮੈਂ ਤੁਹਾਨੂੰ ਬੜਾ ਓਨੈਸਟ ਜਵਾਬ ਦੇਊਂਗਾ। ਜਦੋਂ ਸ਼ੁਰੂਆਤ ਹੋਈ ਸੀ ਅੰਦੋਲਨ ਦੀ, ਉਦੋਂ ਮੈਨੂੰ ਬਹੁਤ ਸਾਰੇ ਮੇਰੇ ਮਨ ਚ, ਜ਼ਹਿਨ ਚ ਸਵਾਲ ਆਉਂਦੇ ਸੀਗੇ। ਅੱਜ ਮੈਂ ਹਰਪ੍ਰੀਤ ਬਾਈ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਇਹ ਬੰਦੇ ਯਾਰ ਠੀਕ ਗੱਲ ਕਰ ਰਹੇ ਆ। ਤੁਸੀਂ ਮਾੜੇ ਵਜੋਂਗੇ ਬਾਈ, ਸ਼ਾਇਦ ਹੋ ਸਕਦਾ ਕਿ 4 ਬੰਦੇ ਇਤਿਹਾਸ ਚ ਗਾਂ ਜਾ ਕੇ ਤੁਹਾਨੂੰ ਮਾੜਾ ਕਹਿ ਦੇਣ, ਪਰ ਤੁਹਾਡੀ ਭੂਮਿਕਾ ਸਹੀ ਹੈ। ਜੇ ਇਹ ਭੂਮਿਕਾ ਨਾ ਹੁੰਦੀ ਤਾਂ ਅੱਜ ਇਹ ਹੋਰ ਬਹੁਤ ਸਾਰਾ ਆਪਣੇ ਅਕੋਰਡਿੰਗਲੀ ਚੀਜ਼ਾਂ ਕਰਦੇ। ਦੇਖੋ, ਅੱਜ ਮੈਂ ਅਸੀਂ ਮੋਦੀ ਦੇ ਖਿਲਾਫ ਨਿੱਜੀ ਥੋੜੀ ਆ, ਅਸੀਂ ਉਹਨਾਂ ਦੇ ਵਰਤਾਰੇ ਦੇ ਖਿਲਾਫ ਆ ਕਿ ਉਹ ਇੱਕ ਹਿਟਲਰ ਤਰ੍ਹਾਂ ਦਾ ਅਪਰੋਚ ਅਪਣਾਈ ਹੈ, ਉਸ ਤੁਹਾਨੂੰ ਸਵਾਲ ਕਰਨ ਦੀ ਸਪੇਸ ਨਹੀਂ ਦਿੰਦਾ, ਉਹ ਆਪਣੀ ਮਰਜ਼ੀ ਚਲਾਉਂਦਾ ਹੈ। ਤੇ ਇਹੀ ਗੱਲ ਤਾਂ ਸੇਮ
ਸਾਡੇ ਲੀਡਰ ਵੀ ਕਰ ਰਹੇ ਨਾ ਕਿ ਉਹ ਆਪਣੀ ਮਰਜ਼ੀ ਦੇ ਹਿਸਾਬ ਤੇ ਚੱਲਣਾ ਚਾਹੁੰਦੇ ਤੁਸੀਂ ਇੱਕ ਸਵਾਲ ਵੀ ਕਰ ਲਓ ਇੱਕ ਪ੍ਰੈਸ ਕਾਨਫਰੰਸ ਚ ਰਾਜੇਵਾਲ ਸਾਹਿਬ ਨੂੰ ਸਵਾਲ ਹੋਇਆ ਕਿ ਉੱਥੇ ਔਰਤਾਂ ਦੇ ਨਾਲ ਬਦਤਮੀਜ਼ੀ ਹੋਈ ਜਿੱਥੇ ਅਕਾਲੀ ਦਲ ਦਾ ਵਫਦ ਦਿੱਲੀ ਜਾ ਰਿਹਾ ਸੀਗਾ ਤੇ ਉਹ ਅੱਗੋਂ ਗਲ ਪੈ ਗਏ ਪੱਤਰਕਾਰ ਦੇ ਕਿ ਤੂੰ ਇਹ ਗੱਲ ਕਿਵੇਂ ਬੋਲਤੀ ਫਲਾਨਾ ਜਦਕਿ ਉਹਦਾ ਬੜੇ ਇਤਮਾਨ ਪਿਆਰ ਨਾਲ ਵੀ ਜਵਾਬ ਦਿੱਤਾ ਜਾ ਸਕਦਾ ਸੀਗਾ ਤਾਂ ਉਹ ਇੱਕ ਤਰ੍ਹਾਂ ਦਾ ਜਿਹੜਾ ਆਪਣਾ ਆਈਡੀਓਲੋਜੀ ਨੂੰ ਥੋਪਣ ਦੀ ਕੋਸ਼ਿਸ਼ ਹੈ ਕਿ ਸਾਡੇ ਹਿਸਾਬ ਤੇ ਚੱਲੋ ਸਾਡੀ ਹਾਂ ਚ ਹਾਂ ਮਿਲਾਓ ਯੈਸ ਯੈਸ ਕਰੋ ਜੇ ਨਹੀਂ ਕਰੋਗੇ ਤਾਂ ਜਾਂ ਤਾਂ ਤੁਸੀਂ ਗੱਦਾਰ ਐਲਾਨੇ ਜਾਓਗੇ ਜਾਂ ਫਿਰ ਤੁਹਾਡੇ ਤੇ ਤੁਹਾਨੂੰ ਉੱਥੋਂ ਬਾਹਰ ਕਰ ਦਿੱਤਾ ਜਾਊਗਾ ਸੋ ਬਾਈ ਜੀ ਤੁਸੀਂ ਬੜੀ ਵੱਡੀ ਲੜਾਈ ਲੜ ਰਹੇ ਹੋ ਇਹਨੂੰ ਜਾਰੀ ਰੱਖਿਓ ਜਿਵੇਂ ਕਹਿੰਦੇ ਨਾ ਲੋਕਤੰਤਰ ਚ ਓਪੋਜੀਸ਼ਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਕਿ ਓਪੋਜੀਸ਼ਨ ਜਿਹੜੀ ਹੈ ਉਹ ਜਿਹੜੀ ਚੰਗੀ ਓਪੋਜੀਸ਼ਨ ਚੰਗੇ ਲੋਕਤੰਤਰ ਵਾਸਤੇ ਹੁੰਦੀ ਹੈ ਤੁਸੀਂ ਉਸੇ ਭੂਮਿਕਾ ਚੋ ਔਰ ਤਕੜੇ ਹੋ ਕੇ ਲੜਿਓ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਨਾ ਪਹਿਲਾਂ ਕਿ ਸਾਨੂੰ ਫਰਕ ਨਹੀਂ ਪੈਂਦਾ ਕਿ ਕੌਣ ਕੀ ਕਹਿ ਰਿਹਾ ਸੀ ਆਪਦੀ ਗੱਲ ਰੱਖਣੀ ਹੈ ਉਹਦੇ ਤੇ ਸਟੈਂਡ ਹੋਣਾ ਬੜਾ ਇੰਪੋਰਟੈਂਟ ਹੈ ਬਘੇਲ ਬਾਈ ਥੈਂਕ ਯੂ ਮੱਕੜ ਬਾਈ